ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇਹ ਸੀਸੀਟੀਵੀ ਕੈਮਰੇ ਦੀ ਇੱਕ ਫੁਟੇਜ ਦੇਖੋ। ਇਸ ਫੁਟੇਜ ਦੇ ਵਿੱਚ ਅਸੀਂ ਸਾਫ਼ ਸਾਫ਼ ਦੇਖ ਸਕਦੇ ਹਾਂ ਕਿ ਇੱਕ ਵਿਅਕਤੀ ਬਾਹਰੋਂ ਚੱਲ ਕੇ ਆ ਰਿਹਾ ਆ ਅਤੇ ਸਿਰਧਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖ ਜੀ ਮੈਂ ਚੈਨਲ ਦੇ ਉੱਤੇ ਆਪ ਜੀ ਦਾ ਸਵਾਗਤ ਹੈ। ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੋ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਘੁੰਮ ਰਹੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ, ਉਸ ਦੇ ਬਾਰੇ। ਸੋ ਸਭ ਤੋਂ ਪਹਿਲਾਂ ਅਸੀਂ ਜਿਸ ਨੇ ਇਹ ਬੇਅਦਬੀ ਕੀਤੀ ਆ ਉਸ ਦੇ ਪਰਿਵਾਰ ਦਾ ਪੱਖ ਸੁਣਦੇ ਹਾਂ ਕਿ ਪੱਖ ਕੀ ਆ। ਉਸ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਮਾਨਸਿਕ ਰੋਗੀ ਸੀ ਅਤੇ ਉਸ ਦੇ ਵੱਲੋਂ ਜੋ ਵੀ ਗਲਤੀ ਕੀਤੀ ਆ ਉਸ ਦੀ ਸਜ਼ਾ ਮੌਤ ਨਹੀਂ ਸੀ। ਜਿੱਥੇ ਵੀ ਇਹ ਵੀਡੀਓ ਅਪਲੋਡ ਹੋਈ ਆ ਉਸਦੇ ਕਮੈਂਟ ਬਾਕਸ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਇਹ ਸਿੰਘਾਂ ਨੇ ਗਲਤ ਕੀਤਾ, ਜੋ ਵੀ ਸੰਗਤ ਵੱਲੋਂ ਉਸ ਨੂੰ ਜਾਨ ਤੋਂ ਮਾਰਿਆ ਗਿਆ ਆ, ਉਸ ਨੂੰ ਤਸ਼ੱਦਦ ਕੀਤਾ ਗਿਆ, ਉਹ ਗਲਤ ਆ। ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਉਸ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਉਹ ਇਨਸਾਨ ਇੱਕ ਮਾਨਸਿਕ ਰੋਗੀ ਸੀ, ਭਾਵ ਕਿ ਆਮ ਭਾਸ਼ਾ ਦੇ ਵਿੱਚ ਉਹ ਹਾਫ ਮਾਈਂਡ ਸੀ, ਪਾਗਲ ਸੀ, ਅਤੇ ਉਸ ਦੇ ਵੱਲੋਂ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀ ਹੋਈ ਹੈ ਜਿਸ ਦੀ ਸਜ਼ਾ ਮੌਤ ਨਹੀਂ ਸੀ। ਅਤੇ ਕੁਝ ਵੱਲ ਕੋਈ ਕਮੈਂਟਾਂ ਦੇ ਵਿੱਚ ਕਹਿ ਰਹੇ ਨੇ ਜੇਕਰ ਉਸਨੇ ਬੇਅਦਬੀ ਕੀਤੀ ਆ ਤਾਂ ਇਸ ਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ ਤਾਂ ਕਿ ਪੁਲਿਸ ਇਨਵੈਸਟੀਗੇਸ਼ਨ ਕਰਕੇ ਉਸ ਦਾ ਜੋ ਉਸਦੇ ਪਿੱਛੇ ਜੋ ਮਾਸਟਰ ਮਾਈਂਡ ਆ ਉਸ ਦਾ ਪਤਾ ਕਰ ਸਕਦੀ ਆ। ਸੋ ਆਓ ਹੁਣ ਅਸੀਂ ਇਸ ਦਾ ਦੂਜਾ ਪੱਖ ਜਾਣਦੇ ਹਾਂ। ਜਿਸ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ ਉਹ ਪਹਿਲੇ ਨੰਬਰ ਤੋਂ ਉਹਦੇ ਸਿਰ ਢੱਕ ਕੇ ਅੰਦਰ ਗੁਰਦੁਆਰਾ ਸਾਹਿਬ ਦੇ ਦਾਖਲ ਹੋ ਰਿਹਾ ਹੈ। ਜੇਕਰ ਉਹ ਮਾਨਸਿਕ ਰੋਗੀ ਸੀ ਉਸਦਾ ਦਿਮਾਗ ਨਹੀਂ ਸੀ ਕੰਮ ਕਰਦਾ, ਉਸ ਨੂੰ ਕਿਵੇਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਂ ਗੁਰੂ ਘਰ ਦੇ ਵਿੱਚ ਜਾਣਾ ਤਾਂ ਸਿਰ ਢੱਕ ਕੇ ਜਾਣਾ ਆ। ਨੰਬਰ ਦੋ ਦੇ ਉੱਤੇ ਇਹ ਗੱਲ ਕੁਝ ਲੋਕਾਂ ਨੂੰ ਸੁਣਨ ਦੇ ਵਿੱਚ ਬਹੁਤ ਹੀ ਜ਼ਿਆਦਾ ਗਲਤ ਲੱਗੇਗੀ ਪਰ ਇਹ ਸੱਚਾਈ ਆ। ਜੇਕਰ ਉਹ ਬੰਦਾ ਮਾਨਸਿਕ ਰੋਗੀ ਸੀ, ਜੇਕਰ ਉਸਦਾ ਦਿਮਾਗ ਵਾਕਈ ਹੀ ਨਹੀਂ ਸੀ ਸਹੀ ਹੈਗਾ ਤਾਂ ਕਦੀ ਸੁਣਨ ਦੇ ਵਿੱਚ ਆਇਆ ਕਿ ਉਸਨੇ ਆਪਣੀ ਮਾਂ ਦੇ ਜਾਂ ਆਪਣੇ ਭੈਣ ਦੇ ਕਦੀ ਕੱਪੜੇ ਪਾੜੇ ਹੋਣ, ਆਪਣੇ ਬਾਪ ਦੀ ਕਦੀ ਪੱਗ ਲਈ ਹੋਵੇ? ਨਹੀਂ ਨਾ। ਜਦ ਉਹ ਘਰ ਦੇ ਵਿੱਚ ਇਹ ਵਾਰਤਾਲਾਪ ਨਹੀਂ ਕਰਦਾ ਤਾਂ ਉਸਨੇ ਗੁਰੂ ਘਰ ਆ ਕੇ ਇਹ ਕਿਉਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ? ਪਿੰਡ ਦੇ ਵਿੱਚ ਹੋਰ ਕਈ ਧਾਰਮਿਕ ਸਥਾਨ ਨੇ, ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਮਾਨਸਿਕ ਰੋਗੀਆਂ ਨੂੰ ਦਿਖਦਾ ਆ? ਅਸੀਂ ਨਹੀਂ ਕਹਿੰਦੇ ਕਿ ਉਸ ਜਗ੍ਹਾ ਦੇ ਉੱਤੇ ਕਿ ਹੋਰ ਬਾਕੀ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਬੇਅਦਬੀ ਕੀਤੀ ਜਾਵੇ, ਪਰ ਹਰ ਵਾਰ ਬੇਅਦਬੀ ਜਿੱਥੇ ਹੁੰਦੀ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਮੂਹਰੇ ਹੁੰਦੇ ਨੇ? ਸੋ ਇਹ ਗੱਲਾਂ ਆ ਜੋ ਕਿ ਸਾਡੇ ਸਾਹਮਣੇ ਆਉਂਦੀਆਂ। ਕਈ ਲੋਕ ਵਿੱਚ ਕਮੈਂਟ ਕਰਦੇ ਨੇ ਕਿ ਸਿੰਘਾਂ ਨੇ ਉਸਨੂੰ ਮਾਰ ਕੇ ਕਿੱਡੀ ਸੂਰਮੇ ਵਾਲੀ ਗੱਲ ਕਰ ਦਿੱਤੀ। ਉਸ ਵੀਡੀਓ 'ਤੇ ਮੈਂ ਨੀਚੇ ਕਮੈਂਟ ਪੜਿਆ ਸੀਗਾ, ਉਹਨਾਂ ਨੂੰ ਇੱਕ ਸਵਾਲ ਹੈ, ਜੇਕਰ ਤੁਹਾਡੇ ਪਿਤਾ ਜੀ ਦੀ ਪੱਗ ਕੋਈ ਉਤਾਰ ਦੇਵੇ, ਤੁਹਾਡੇ ਪਿਤਾ ਜੀ ਦੇ ਕੋਈ ਥੱਪੜ ਮਾਰੇ ਜਾਂ ਕੋਈ ਤੁਹਾਡੇ ਪਿਤਾ ਉਗਾਰ ਕੱਢੇ, ਤੁਸੀਂ ਉਸਦਾ ਬਦਲਾ ਲਵੋ ਕਿ ਜ਼ਰੂਰ ਲਵੋਗੇ? ਜੇਕਰ ਤੁਹਾਡੇ ਪਿਤਾ 'ਤੇ ਕੋਈ ਬਿਨਾਂ ਕਦੋਂ ਆ ਕੇ ਕੋਈ ਥੱਪੜ ਮਾਰੇ ਮੂੰਹ ਦੇ ਉੱਤੇ ਤਾਂ ਤੁਸੀਂ ਉਸਦਾ ਬਦਲਾ ਲਵੋਗੇ? ਜੇਕਰ ਤੁਸੀਂ ਨਹੀਂ ਬਦਲਾ ਲੈਂਦੇ ਤਾਂ ਤੁਸੀਂ ਨਾ ਮਰਦ ਪਵੋਗੇ। ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਇਹੀ ਗੱਲ ਕਹਿੰਦਾ ਕਿ ਮਾਨਸਿਕ ਰੋਗੀ ਆ, ਭਾਵੇਂ ਗੱਲ ਕਰਨ ਦੇ ਵਿੱਚ ਥੋੜ੍ਹੀ ਜਿਹੀ ਆਪਾਂ ਨੂੰ ਸ਼ਰਮ ਕੀ ਹੋਊਗੀ, ਤਾਂ ਉਹਨਾਂ ਨੂੰ ਪੁੱਛੋ ਕਿ ਆਪਣੇ ਬਾਪ ਦੇ ਆਪਣੀ ਮਾਂ ਦੇ ਆਪਣੇ ਭੈਣ ਦੇ ਕੱਪੜੇ ਕਿਉਂ ਨਹੀਂ ਘਰਾਂ ਦੇ ਵਿੱਚ ਪਾੜ ਦਿੰਦੇ, ਕਿਉਂ ਨਹੀਂ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਬਦਸਲੂਕ ਕੀ ਕਰਦੇ ਆਉਂਦੇ ਜਾਂਦੇ ਰਾਹੀਆਂ ਦੇ ਨਾਲ? ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਇਹਨਾਂ ਨੂੰ ਕਿਉਂ ਦਿਖਦੇ ਨੇ? ਇਸ ਵੀਡੀਓ ਬਣਾਉਂਦੇ ਨਹੀਂ ਸਾਡੀ ਕੋਈ ਸਕ੍ਰਿਪਟ ਤਿਆਰ ਨਹੀਂ ਹੋਈ, ਬਸ ਜੋ ਦਿਲ ਦੇ ਵਿੱਚ ਆਇਆ ਉਹ ਅਸੀਂ ਬੋਲ ਦਿੱਤਾ, ਆਪ ਜੀ ਦੇ ਸਾਹਮਣੇ ਬੋਲ ਦਿੱਤਾ। ਸੋ ਆਓ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੀ ਕੀ ਇਸ ਬਾਰੇ ਦੀ ਰਾਏ ਹੈ।
ਅਸੀਂ ਇਸ ਚੈਨਲ ਦੇ ਉੱਤੇ ਜਲਦ ਤੋਂ ਜਲਦ ਪੋਡਕਾਸਟ ਲੈ ਕੇ ਆ ਰਹੇ ਹਾਂ। ਸੋ ਆਪ ਜੀ ਸਾਨੂੰ ਕਮੈਂਟ ਕਰਕੇ ਦੱਸੋ ਕਿ ਆਪ ਕਿਸ ਟੋਪਿਕ ਦੇ ਉੱਤੇ ਪੋਡਕਾਸਟ ਸੁਣਨਾ ਚਾਹੁੰਦੇ ਹੋ, ਹਿਸਟਰੀ ਦੇ ਉੱਤੇ ਜਾਂ ਹੋਰ ਕੋਈ ਚੱਲਦੇ ਮੁੱਦਿਆਂ ਦੇ ਉੱਤੇ। ਸੋ ਅਸੀਂ ਆਪ ਜੀ ਦੇ ਕੋਲ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਹੁਣ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।